ਉਹ ਵੀ ਕਿਸਾਨ ਭਰਾਵੋ, ਅੱਜ ਆਪਾਂ ਪਹੁੰਚ ਗਏ ਕੋਟਕਪੂਰਾ ਟਰੈਕਟਰ ਮੰਡੀ ਦੇ ਅਤੇ ਵੀਡੀਓ ਨੂੰ ਹੁਣ ਦੱਬ ਕੇ ਸ਼ੇਅਰ ਕਰ ਦਿਉ। ਪਹਿਲਾ ਟਰੈਕਟਰ ਵਿਖਾਉਣਾ ਆਪਾਂ ਤੁਹਾਨੂੰ HMT 3511। 3511 ਟਰੈਕਟਰ ਆ, ਨਵੇਂ ਟਾਇਰ ਆ, ਛੋ ਛੂ ਤਾਂ ਘਰ ਰੱਖ ਕੇ ਆਏ ਆ, ਲਾਹ ਕੇ ਆਏ, ਰੱਖੀ ਵੀ ਆ ਛੋ। ਬਾਕੀ ਟਰੈਕਟਰ 1983 ਮਾਡਲ ਆ, ਟਾਇਰ ਵਿਖਾਈਏ ਤਾਂ ਮਗਰਲੇ ਪੱਕੇ ਟਾਇਰ ਆ ਜੀ, JK ਕੰਪਨੀ ਦੇ ਬਿਲਕੁਲ ਪੱਕੇ ਟਾਇਰ ਆ। ਇਹਦੀ ਡਿਮਾਂਡ ਹੈਗੀ ਆ 1,20,000 ਰੁਪਇਆ। ਸਾਰੇ ਟਰੈਕਟਰ ਵਿਖਾਵਾਂਗੇ, ਕਮੈਂਟ ਕਰਕੇ ਦੱਸੀ ਚਲੋ ਕਿਹੜਾ ਕਿਹੜਾ ਟਰੈਕਟਰ ਵੇਖਣਾ, ਉਹੀ ਵਿਖਾ ਦਾਂਗੇ। ਬਾਕੀ ਵੀਡੀਓ ਨੂੰ ਸ਼ੇਅਰ ਕਰੀ ਚਲੋ ਜੀ। ਅੱਗੇ ਹੈਗਾ ਜੀ ਫੋਰਡ 3610 ਟਰੈਕਟਰ ਆ। ਬਾਕੀ ਇਹ ਹੈਗਾ ਜੀ 1987 ਮਾਡਲ ਆ, 87 ਮਾਡਲ ਆ, 1,25,000 ਰੁਪਇਆ ਡਿਮਾਂਡ ਆ। 87 ਮਾਡਲ ਟਰੈਕਟਰ ਦੀ 1,25,000 ਰੁਪਇਆ ਡਿਮਾਂਡ ਆ। ਡੈਸਕ ਬ੍ਰੇਕ ਵਾਲਾ ਟਰੈਕਟਰ ਆ, ਕੰਡੀਸ਼ਨ ਦਾ ਸਾਫ਼ ਆ ਜੀ, ਸਾਫ਼ ਕੰਡੀਸ਼ਨ ਦਾ ਟਰੈਕਟਰ ਆ। ਸ਼ੇਅਰ ਕਰੀ ਚਲੋ ਵੀਡੀਓ ਨੂੰ। ਅੱਗੇ ਸਕੋਟ ਟਰੈਕਟਰ ਖੜਾ, ਅੱਜ ਆਪਾਂ ਛੋਟੇ ਟਰੈਕਟਰਾਂ ਤੋਂ ਸ਼ੁਰੂ ਕਰਨ ਲੱਗੇ ਹਾਂ, ਤਾਂ ਜੋ ਤੁਹਾਨੂੰ ਹਰੇਕ ਤਰ੍ਹਾਂ ਦਾ ਟਰੈਕਟਰ ਦਾ ਰੇਟ, ਮਾਡਲ ਅਤੇ ਮਾਲਕ ਦਾ ਹੋ ਸਕਿਆ ਮੋਬਾਈਲ ਨੰਬਰ ਵੀ ਲੈ ਕੇ ਦੇਵਾਂਗੇ, ਤੁਹਾਨੂੰ ਪਤਾ ਲੱਗ ਸਕੇ। ਅਤੇ ਜੇ ਤੁਸੀਂ ਅੱਜ ਵਾਲੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਤੀ, ਤਾਂ ਹੋ ਸਕਦਾ ਤੁਹਾਨੂੰ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਵੀ ਵਿਖਾ ਦਈਏ। ਅੱਗੇ ਹੈਗਾ ਜੀ ਸਕੋਟ 1999 ਮਾਡਲ, 99 ਮਾਡਲ ਟਰੈਕਟਰ ਆ, ਚਾਰੇ ਟਾਇਰ ਟਰੈਕਟਰ ਦੇ 90-95 ਪੈਸੇ ਟਾਇਰ ਆ ਜੀ, ਕੰਡੀਸ਼ਨ ਦਾ ਸਾਫ਼ ਆ, ਤੁਸੀਂ ਦੇਖ ਸਕਦੇ ਹਾਂ। ਇਹਦੀ ਡਿਮਾਂਡ ਹੈਗੀ ਆ 1,15,000 ਰੁਪਇਆ, 1,15,000 ਰੁਪਇਆ ਇਸ ਟਰੈਕਟਰ ਦੀ ਡਿਮਾਂਡ ਆ ਸਕੋਟ ਦੀ। ਅਤੇ ਅੱਗੇ ਹੈਗਾ ਜੀ ਹੈਗਾ ਸਵਰਾਜ 735 ਟਰੈਕਟਰ ਆ, FE ਟਰੈਕਟਰ ਆ, 1994 ਮਾਡਲ ਆ, 1,30,000 ਰੁਪਇਆ ਡਿਮਾਂਡ ਆ, 1,30,000 ਰੁਪਇਆ ਇਸ ਟਰੈਕਟਰ ਦੀ ਡਿਮਾਂਡ ਆ, ਸਾਫ਼ ਕੰਡੀਸ਼ਨ ਦਾ ਟਰੈਕਟਰ ਆ। ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਕਰੀ ਚਲੋ, ਅਤੇ ਕਮੈਂਟ ਕਰਕੇ ਦੱਸੀ ਚਲੋ ਕਿਹੜਾ ਟਰੈਕਟਰ ਵੇਖਣਾ। ਸਾਫ਼ ਕੰਡੀਸ਼ਨ ਦਾ ਸੋਹਣਾ ਟਰੈਕਟਰ ਆ, ਜਿਹੜਾ ਸੋਹਣੇ ਦੀ ਗਿਣਤੀ 'ਚ ਆਉਂਦਾ, ਅਤੇ ਸਾਂਭਿਆ ਟਰੈਕਟਰ ਆ, ਪੂਰਾ ਸਾਂਭਿਆ ਟਰੈਕਟਰ ਆ। ਅੱਗੇ ਤੁਹਾਨੂੰ ਆਪਾਂ ਵਿਖਾ ਦਈਏ ਟਰੈਕਟਰ ਹੋਰ ਵੀ ਖੜ੍ਹੇ ਆ, ਮੈਸੀ ਵਿਖਾ ਦਈਏ ਤੁਹਾਨੂੰ, ਮੈਸੀ ਟਰੈਕਟਰ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ, ਤਾਂ ਉਹ ਟਰੈਕਟਰ ਵਿਖਾ ਦਈਏ। ਮੈਸੀ ਹੈਗਾ ਜੀ PB09 ਕਪੂਰਥਲੇ ਦਾ ਨੰਬਰ, ਪੰਜਾਬ ਨੰਬਰ, ਨਵੇਂ ਟਾਇਰਾਂ 'ਚ, ਮਾਡਲ ਹੈਗਾ ਜੀ 2003, 2.5 ਲੱਖ ਰੁਪਇਆ ਡਿਮਾਂਡ ਆ, 5245 ਮੈਸੀ, 2.5 ਲੱਖ ਰੁਪਇਆ ਇਸ ਟਰੈਕਟਰ ਦੀ ਡਿਮਾਂਡ ਆ। ਬਾਕੀ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਜੀ। ਅੱਗੇ ਹੈਗਾ ਜੀ ਫਾਰਮ ਟਰੈਕ 60D-Lux, ਮਾਲਕ ਵੀ ਆਪਣੇ ਕੋਲ ਆ, ਮੋਬਾਈਲ ਨੰਬਰ ਵੀ ਲੈ ਕੇ ਦੇਵਾਂਗੇ। ਪਹਿਲਾਂ ਟਰੈਕਟਰ ਦਾ ਮਾਡਲ ਸੁਣ ਲਓ ਜੀ, 2005 ਮਾਡਲ ਆ ਬਈ, ਇਹ 2005 ਮਾਡਲ PB04 ਫਰੀਦਕੋਟ ਦਾ ਨੰਬਰ ਆ। ਟਾਇਰ ਦੱਸ ਦੇ ਬਈ ਕਿੰਨੇ ਇਹਦੇ, 75-80 ਪੱਕੇ ਟਾਇਰ ਆ, 75-80% MRF ਕੰਪਨੀ ਦੀ ਆ। ਅਤੇ ਰੇਟ ਵੀ ਦੱਸ ਦੇ ਬਈ ਕਿੰਨਾ ਇਹਦਾ, ਰੇਟ 2,62,000 ਮੰਗਦੇ ਆ, 2,62,000 ਰੁਪਇਆ ਇਸ ਟਰੈਕਟਰ ਦੀ ਡਿਮਾਂਡ ਆ। ਮੌਕੇ 'ਤੇ ਮਾਨਦਾਨ ਕਰ ਦੋਗੇ, ਜਿਹੜਾ ਵੀਡੀਓ ਸ਼ੇਅਰ ਕਰਕੇ ਆਜੂਗਾ, ਫਿਰ ਮੋਬਾਈਲ ਨੰਬਰ ਦੱਸ ਦੇ ਬਈ, 98035-98-3093 ਪਿੰਡ ਹੈਗਾ ਭਾਣਾ ਬਾਈ ਦਾ, ਭਾਣਾ ਪਿੰਡ ਆ, ਉੱਥੇ ਆ ਕੇ ਤੁਸੀਂ ਆਹ ਫਾਰਮ ਟਰੈਕ 60 ਟਰੈਕਟਰ D-Lux ਖਰੀਦ ਸਕਦੇ ਆ। ਅੱਗੇ ਹੈਗਾ ਜੀ ਮਹਿੰਦਰਾ 575, 1995 ਮਾਡਲ ਆ, ਫਿਰੋਜ਼ਪੁਰ ਦਾ ਨੰਬਰ ਆ। ਅਤੇ ਬਾਕੀ ਇਹਦੇ ਟਾਇਰ ਹੈਗੇ ਆ ਜੀ 60-65%, 1,65,000 ਰੁਪਇਆ ਡਿਮਾਂਡ ਆ। ਅਤੇ ਇਹ ਵੀ ਬਾਈ ਤੁਹਾਡੇ ਇਸੇ ਨੰਬਰ 'ਤੇ ਸੰਪਰਕ ਕਰ ਲਏ, 85-82-86-42-7-17, ਠੀਕ ਆ ਜੀ। ਅੱਗੇ ਹੈਗਾ ਸੋਨਾਲੀਕਾ 750, ਇਹ ਹੈਗਾ 2006 ਮਾਡਲ, 2,60,000 ਰੁਪਇਆ ਡਿਮਾਂਡ ਆ, ਹਰਿਆਣਾ ਨੰਬਰ ਟਰੈਕਟਰ ਆ, 750 ਵਾਲਾ ਸੋਨਾਲੀਕਾ, ਸੈਡ ਗੇਅਰ ਆ ਜੀ। ਅੱਗੇ ਤੁਹਾਨੂੰ ਵਿਖਾ ਦਈਏ ਸੋਨਾਲੀਕਾ 730 ਵਾਲਾ ਟਰੈਕਟਰ ਆ, ਟਰੈਕਟਰ ਇਹ ਵੀ ਕੰਡੀਸ਼ਨ ਦਾ ਪੂਰਾ ਸਾਫ਼ ਆ, 2 ਸਿਲੰਡਰ ਇੰਜਨ 'ਚ ਟਰੈਕਟਰ ਆਉਂਦਾ, ਸੋਹਣਾ ਟਰੈਕਟਰ ਆ। ਹਾਂਜੀ ਬਾਈ ਲਵਦੀਪ ਪੁੱਛ ਰਿਹਾ ਅੱਜ ਕਿੱਥੇ, ਅੱਜ ਹੈਗੇ ਹਾਂ ਬਈ ਆਪਾਂ ਕੋਟਕਪੂਰਾ ਟਰੈਕਟਰ ਮੰਡੀ 'ਤੇ, ਦਿਨ ਸੋਮਵਾਰ, ਹਰ ਸੋਮਵਾਰ ਹੀ ਇਹ ਇੱਥੇ ਲੱਗਦੀ ਆ, ਦਾਣਾ ਮੰਡੀ 'ਚ ਲੱਗਦੀ ਆ ਜੀ। ਅਤੇ ਇਹ ਟਰੈਕਟਰ ਹੈਗਾ ਜੀ, ਮਾਡਲ ਦੀ ਗੱਲ ਕਰੀਏ 2012, ਇਹਦੀ ਡਿਮਾਂਡ ਹੈਗੀ ਆ 2,58,000 ਰੁਪਇਆ, PB02 ਪੰਜਾਬ ਨੰਬਰ ਆ ਜੀ, ਸਾਫ਼ ਕੰਡੀਸ਼ਨ ਦਾ ਟਰੈਕਟਰ ਆ। ਅੱਗੇ ਤੁਹਾਨੂੰ ਵਿਖਾ ਦਈਏ ਜੌਂਡੀਅਰ 5305,
53005 ਬਠਿੰਡੇ ਦਾ ਨੰਬਰ ਆ ਆਹ ਟਰੈਕਟਰ। ਬਾਕੀ ਹੈਗਾ ਜੀ 2018 ਮਾਡਲ, 6 ਲੱਖ ਰੁਪਈਆ ਡਿਮਾਂਡ ਆ, ਸਟੀਲ ਵਾਲਾ ਸਲੈਂਸਰ ਲੱਗਿਆ, ਟਾਇਰ 90 ਪੈਸੇ, ਇਹਦੀ ਹੈਗੀ ਆ 6 ਲੱਖ ਰੁਪਈਆ। ਅੱਗੇ ਸੋਹਣਾ ਸਵਰਾਜ 735 ਟਰੈਕਟਰ, 735 ਟਰੈਕਟਰ ਆ, ਅਤੇ ਇਹ ਹੈਗਾ ਜੀ 724 ਐਫ ਈ, ਸਾਫ ਕੰਡੀਸ਼ਨ ਦਾ, ਏ ਟੂ ਜੈਡ ਰੀਜਨਲ, 2 ਸਿਲੰਡਰ ਇੰਜਨ 'ਚ ਟਰੈਕਟਰ ਆ। ਇਹਦੀ ਡਿਮਾਂਡ ਹੈਗੀ ਆ 1,35,000 ਰੁਪਈਆ, 1,35,000 ਰੁਪਈਆ ਇਸ ਟਰੈਕਟਰ ਦੀ ਡਿਮਾਂਡ ਆ, ਪੰਜਾਬ ਨੰਬਰ PB44। ਅੱਗੇ ਆ ਗਿਆ ਜੀ ਐਚ ਐਮ ਟੀ 6611 ਨਾਲ ਦਾ ਰੰਗ ਆ, ਚੰਗੇ ਟਾਇਰ ਆ, ਰਿਮ ਰੂਮ ਸਾਫ਼ ਆ, ਬਾਕੀ ਪੰਜਾਬ ਨੰਬਰ ਆ, 1997 ਮਾਡਲ, 1,60,000 ਰੁਪਈਆ ਡਿਮਾਂਡ ਆ। ਹਾਂਜੀ 744 ਵੀ ਵਿਖਾਵਾਂਗੇ ਬਾਈ, ਸ਼ੇਅਰ ਕਰੀ ਚਲੋ ਵੀਡੀਓ ਨੂੰ, ਅਤੇ ਕਮੈਂਟ ਕਰਕੇ ਦੱਸੀ ਚਲੋ ਕਿਹੜਾ ਕਿਹੜਾ ਟਰੈਕਟਰ ਵੇਖਣਾ, ਉਹੀ ਵਿਖਾਈ ਚੱਲਾਂਗੇ। ਟਰਾਲੇ ਵਗੈਰਾ ਵੀ ਆਏ ਆ, ਟਰਾਲੀਆਂ ਵੀ ਆਈਆਂ। ਅਤੇ ਅੱਗੇ ਖੜ੍ਹਾ ਜੀ ਸਵਰਾਜ 724, ਇੱਕ ਹੋਰ ਵਿਖਾ ਦਈਏ, 724 ਟਰੈਕਟਰ ਇੱਕ ਹੋਰ ਖੜ੍ਹਾ। ਵੀਡੀਓ ਨੂੰ ਸ਼ੇਅਰ ਕਰੀ ਚਲੋ ਦੱਬ ਕੇ, ਜਿੰਨੇ ਜ਼ਿਆਦਾ ਸ਼ੇਅਰ ਕਰੋਗੇ ਉਨੇ ਜ਼ਿਆਦਾ ਟਰੈਕਟਰ ਵਿਖਾ ਦਾਂਗੇ। 724 ਟਰੈਕਟਰ ਆ, ਅਤੇ ਇਹ ਟਰੈਕਟਰ ਦੇ ਟਾਇਰ ਹੈਗੇ ਜੀ ਮਗਰਲੇ, 85-90 ਪੈਸੇ, ਪੱਕੇ ਟਾਇਰ ਆ। ਮਾਡਲ ਹੈਗਾ ਜੀ 1997 ਮਾਡਲ ਆ, 90 ਤੋਂ ਇੱਕ ਘੱਟ ਮਾਡਲ ਆ, 2 ਸਿਲੰਡਰ ਇੰਜਨ, 1,42,000 ਰੁਪਈਆ ਡਿਮਾਂਡ ਆ ਇਸ ਟਰੈਕਟਰ ਦੀ, 1,42,000 ਰੁਪਈਆ ਡਿਮਾਂਡ ਆ, ਸੈਲਫ ਸਟਾਰਟ ਟਰੈਕਟਰ ਆ ਜੀ। ਅੱਗੇ ਖੜ੍ਹਾ ਜੀ ਐਚ ਐਮ ਟੀ 6611 ਟਰੈਕਟਰ ਆ, ਪੱਕੇ ਟਾਇਰ ਆ, ਪਾਵਰ ਸਟੇਅਰਿੰਗ ਆ, ਫਾਈਬਰ ਹੁੱਡ ਲੱਗੀ ਆ, ਡੈੱਕ ਲੱਗਾ, ਸੋਹਣਾ ਬਾਡੀ ਲੈਣ ਦਾ ਟਰੈਕਟਰ ਬਹੁਤ ਆ, ਜਿੰਨਾ ਕਹਿ ਦਈਏ ਉਨਾ ਹੀ ਬਾਡੀ ਲੈਣ ਦਾ ਸਾਫ਼ ਆ। ਟਰਾਈ ਵੀ ਇਸ ਟਰੈਕਟਰ ਦੀ 3-4 ਵਾਰੀ ਵੱਜੀ ਅੱਜ, 1998 ਮਾਡਲ ਆ, 285,000 ਰੁਪਈਆ ਇਸ ਟਰੈਕਟਰ ਦੀ ਡਿਮਾਂਡ ਆ, ਪੰਜਾਬ ਨੰਬਰ ਟਰੈਕਟਰ ਦੀ। ਅੱਗੇ ਹੈਗਾ ਜੀ ਸਵਰਾਜ 855, 855 ਟਰੈਕਟਰ ਆ, 2000 ਅਤੇ ਇਹ 7 ਮਾਡਲ ਆ, 7 ਮਾਡਲ ਟਰੈਕਟਰ ਦੀ ਡਿਮਾਂਡ ਹੈਗੀ ਆ ਜੀ 285,000 ਰੁਪਈਆ। ਆਹ ਵੀ ਟਰੈਕਟਰ ਸੋਹਣਾ ਅਤੇ ਸਾਫ਼ ਕੰਡੀਸ਼ਨ ਦਾ ਟਰੈਕਟਰ ਆ, ਪੰਜਾਬ ਨੰਬਰ ਆ, 285,000 ਰੁਪਈਆ। ਅੱਗੇ ਤੁਹਾਨੂੰ ਵਿਖਾ ਦਈਏ ਸੋਨਾਲੀਕਾ, ਸੋਨਾਲੀਕਾ ਟਰੈਕਟਰ ਆ, ਅਤੇ ਟਰੈਕਟਰ ਹੈਗਾ ਜੀ ਇਹ 745 ਵਾਲਾ, 745 ਵਾਲਾ ਟਰੈਕਟਰ ਆ, ਟਾਇਰ ਟਰੈਕਟਰ ਦੇ 45% ਤੋਂ ਅੱਧੇ ਟਾਇਰ ਆ, ਅਗਲੇ 70 ਪੈਸੇ, ਪਾਵਰ ਸਟੇਅਰਿੰਗ ਆ, ਆਰ ਐਕਸ ਸ਼ੋਅ 'ਚ ਟਰੈਕਟਰ ਆ। ਅਤੇ ਮਾਡਲ ਤੁਹਾਨੂੰ ਦੱਸੀਏ, ਮਾਡਲ ਹੈਗਾ ਜੀ ਇਹ 2014, 3,40,000 ਰੁਪਈਆ ਡਿਮਾਂਡ ਆ ਇਸ ਟਰੈਕਟਰ ਦੀ, 3,40,000 ਰੁਪਈਆ ਡਿਮਾਂਡ ਆ ਸਾਫ਼ ਕੰਡੀਸ਼ਨ ਦਾ। ਅੱਗੇ ਹੈਗਾ ਜੀ ਫਾਰਮ ਟਰੈਕ 55, ਡੈਸਕ ਬ੍ਰੇਕ 1998 ਮਾਡਲ ਆ, ਅਤੇ ਡੈਸਕ ਬ੍ਰੇਕ ਇਹਦੇ ਫਾਰਮ ਟਰੈਕ 60 ਵਾਲੇ ਆ, 1,40,000 ਰੁਪਈਆ ਡਿਮਾਂਡ ਆ ਜੀ ਇਸ ਟਰੈਕਟਰ ਦੀ, 1,40,000 ਰੁਪਈਆ। 265 ਵੀ ਵਿਖਾਵਾਂਗੇ ਜੇ ਅਰਜਨ ਨੋਵੋ ਆਇਆ। ਅੱਗੇ ਹੈਗਾ ਜੀ ਆਈਸ਼ਰ ਡਬਲ ਕਲੱਚ 368, ਕਿਸੇ ਨੇ ਕਿਰਾਏ ਵਗੈਰਾ ਦਾ ਕੰਮ ਲੈਣਾ, ਤਾਂ ਇਹ ਹੈਗਾ ਜੀ 2000 ਮਾਡਲ, 1,50,000 ਰੁਪਈਆ ਡਿਮਾਂਡ ਆ, 1,50,000 ਰੁਪਈਆ ਇਸ ਟਰੈਕਟਰ ਦੀ ਡਿਮਾਂਡ ਆ। ਅੱਗੇ ਹੈਗਾ ਜੀ ਫੋਰਡ 3600, ਚੰਗੇ ਟਾਇਰਾਂ 'ਚ, 90 ਪੈਸੇ ਟਾਇਰ ਆ ਜੀ, 87 ਮਾਡਲ ਆ, ਮੋਬਾਈਲ ਨੰਬਰ ਵੀ ਨੋਟ ਕਰਾ ਦਾਂਗੇ, 1,55,000 ਰੁਪਈਆ ਡਿਮਾਂਡ ਆ ਇਸ ਟਰੈਕਟਰ ਦੀ, 1,55,000 ਰੁਪਈਆ ਡਿਮਾਂਡ ਆ। ਮੋਬਾਈਲ ਨੰਬਰ ਹੈਗਾ ਜੀ 9465-095-46, 095-46 'ਤੇ ਸੰਪਰਕ ਕਰਕੇ ਤੁਸੀਂ ਆਹ ਫੋਰਡ 3600 ਖਰੀਦ ਸਕਦੇ ਹਾਂ। ਅੱਗੇ ਤੁਹਾਨੂੰ ਵਿਖਾ ਦਈਏ ਇੰਟਰਨੈਸ਼ਨਲ, ਕੀਤਾ ਵਾ ਟਰੈਕਟਰ ਆ, ਪੀਲੇ ਚੱਕਿਆਂ 'ਚ, ਅਤੇ ਇਹਦੀ ਹੁਣ ਆਪਾਂ ਟਾਇਰ ਵਗੈਰਾ ਵਿਖਾਈਏ, ਤਾਂ ਗੁਡੀਅਰ ਕੰਪਨੀ ਦਾ ਟਾਇਰ ਆ ਜੀ, ਮਗਰਲੇ ਟਾਇਰ ਗੁਡੀਅਰ ਦੇ ਆ, ਅਤੇ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਜੀ, ਬਿਲਕੁਲ ਸਾਫ਼ ਕੰਡੀਸ਼ਨ ਦਾ, ਗੁੱਡੀ ਇਹਦੀ ਖੜ੍ਹਦੀ ਆ, ਅਤੇ ਹਾਈ ਸਪੀਡ ਆ ਜੀ। ਇਹਦੀ ਡਿਮਾਂਡ ਹੈਗੀ ਆ ਟਰੈਕਟਰ ਦੀ 1,10,000 ਰੁਪਈਆ, 91 ਮਾਡਲ ਦੀ, ਮਾਲਕ ਦਾ ਮੋਬਾਈਲ ਨੰਬਰ ਨੋਟ ਕਰ ਲਓ ਜੀ, 94786
5255 ਇਸ ਨੰਬਰ 'ਤੇ ਸੰਪਰਕ ਕਰਕੇ ਤੁਸੀਂ ਆਹ ਟਰੈਕਟਰ ਖਰੀਦ ਸਕਦੇ ਹਾਂ। ਅਤੇ ਅੱਗੇ ਹੈਗਾ ਜੀ ਸੋਨਾਲੀਕਾ 750 RX-O 'ਚ, ਇਹ ਟਰੈਕਟਰ ਹੈਗਾ ਜੀ 2011 ਮਾਡਲ, ਫੈਬਰ ਹੁੱਡ ਲੱਗੀ ਆ, ਬਠਿੰਡੇ ਦਾ ਨੰਬਰ ਆ, 3,95,000 ਰੁਪਈਆ ਡਿਮਾਂਡ ਆ ਜੀ ਇਸ ਟਰੈਕਟਰ ਦੀ, 3,95,000 ਰੁਪਈਆ ਡਿਮਾਂਡ ਆ, ਸਾਫ ਕੰਡੀਸ਼ਨ ਦਾ ਸੋਹਣਾ ਟਰੈਕਟਰ ਆ। ਅੱਗੇ ਆ ਗਿਆ ਫਾਰਮ ਟਰੈਕ 45 60 ਦੀ ਸ਼ੋਅ ਵਾਲਾ ਡਬਲ ਕਲੱਚ ਆ, ਅਤੇ ਡਬਲ ਕਲੱਚ 60 ਦੀ ਸ਼ੋਅ ਵਾਲੇ ਟਰੈਕਟਰ ਬਹੁਤ ਥੋੜ੍ਹੇ ਆ, ਖਰਚਾ ਇਹਨਾਂ ਦਾ ਬਹੁਤ ਘੱਟ ਆ, ਚੰਗੀ ਮਾਰਕੀਟ ਆ, ਪੱਕੇ ਟਾਇਰ ਆ, ਅਤੇ ਇਹਦੀ ਡਿਮਾਂਡ ਹੈਗੀ ਆ ਜੀ ਪੂਰਾ 2,00,000 ਰੁਪਈਆ, 2001 ਮਾਡਲ ਦੀ 2,00,000 ਰੁਪਈਆ ਡਿਮਾਂਡ ਆ। ਬਾਕੀ ਮਗਰਾੜ ਵਗੈਰਾ ਟਰੈਕਟਰ ਦੇ ਬਿਲਕੁਲ ਸਾਫ਼ ਆ, ਚਾਰੇ ਰਿਮ ਨਾਲ ਦੇ ਆ, ਅਤੇ ਰੰਗ ਉੱਪਰਲਾ ਵੀ ਨਾਲ ਦਾ ਹੀ ਆ ਜੀ। ਅੱਗੇ ਆ ਗਿਆ ਜੀ ਪਾਵਰ ਟਰੈਕ, 455 2008 ਮਾਡਲ, ਇਹ ਹੈਗਾ ਜੀ ਟਾਇਰ ਵਗੈਰਾ ਤੁਹਾਨੂੰ ਦਿਖਾਈਏ ਤਾਂ ਅਗਲੇ ਟਾਇਰ 70 ਪੈਸੇ ਆ, ਮਗਰਲੇ ਰੇਡੀਅਲ ਟਾਇਰ ਆ ਜੀ 45%, ਇਹਦੀ ਡਿਮਾਂਡ ਹੈਗੀ ਆ 1,85,000 ਰੁਪਈਆ ਇਸ ਪਾਵਰ ਟਰੈਕ ਦੀ, 1,85,000 ਰੁਪਈਆ ਡਿਮਾਂਡ ਆ। ਹਾਂਜੀ 265 ਵੀ ਵਿਖਾਵਾਂਗੇ ਬਾਈ, ਜਦੋਂ ਆ ਗਿਆ ਉਹਦੀ ਵਿਖਾਵਾਂਗੇ, 3630 ਵੀ ਵਿਖਾਵਾਂਗੇ ਆਹ ਚੱਕ ਬਾਈ, ਬਾਈ ਦੀਪ ਪੁੱਛਦਾ ਸੀ ਆਹ ਚੱਕ 3630 ਸਪੈਸ਼ਲ ਐਡੀਸ਼ਨ ਆਇਆ ਖੜਾ, ਟਾਇਰ ਟਰੈਕਟਰ ਦੇ 90-95 ਪੈਸੇ, ਫੈਬਰ ਹੁੱਡ ਕੰਪਨੀ ਦੀ, ABC ਗੇਅਰ, ਅਤੇ 2000 ਹੈਗਾ ਜੀ ਇਹ 20 ਮਾਡਲ, 7,65,000 ਰੁਪਈਆ ਡਿਮਾਂਡ ਆ, 20 ਮਾਡਲ ਦੀ 7,65,000 ਰੁਪਈਆ ਡਿਮਾਂਡ ਆ। 855 ਖੜਾ ਅੱਗੇ, ਇਹ ਟਰੈਕਟਰ ਹੈਗਾ ਜੀ 2019 ਮਾਡਲ, 6,65,000 ਰੁਪਈਆ, ਚੰਗੇ ਟਾਇਰਾਂ 'ਚ 6,65,000 ਰੁਪਈਆ ਇਸ ਟਰੈਕਟਰ ਦੀ ਡਿਮਾਂਡ ਆ। ਅੱਗੇ ਤੁਹਾਨੂੰ ਵਿਖਾ ਦਈਏ ਮਹਿੰਦਰਾ 575 1996 ਮਾਡਲ, 1,90,000 ਰੁਪਈਆ ਡਿਮਾਂਡ ਆ, PB15 ਹਬੋਰ ਦਾ ਨੰਬਰ ਆ, 1,96,000 ਰੁਪਈਆ। ਸ਼ੇਅਰ ਕਰੀ ਚਲੋ ਜੀ ਵੀਡੀਓ ਨੂੰ ਜਲਦੀ ਜਲਦੀ। ਅੱਗੇ ਫੋਰਡ 3600 ਖੜਾ, ਟਾਇਰ ਨਵੇਂ ਆ, ਹੈ ਦੇਸੀ ਆ, ਬਾਕੀ ਫੈਬਰ ਹੁੱਡ ਲੱਗੀ ਆ, ਅਤੇ ਮਾਡਲ ਵਗੈਰਾ ਵੀ ਤੁਹਾਨੂੰ ਆਪਾਂ ਦੱਸ ਦਿੰਦੇ ਹਾਂ ਇਹਦਾ, ਤਾਂ ਮਾਡਲ ਹੈਗਾ ਜੀ 1993, 1,95,000 ਰੁਪਈਆ ਡਿਮਾਂਡ ਆ, 93 ਮਾਡਲ, 1,95,000 ਰੁਪਈਆ, ਉਹੀ ਪੰਪ ਆ। ਅੱਗੇ ਖੜਾ ਜੀ ਫਾਰਮ ਟਰੈਕ 60 ਟਰੈਕਟਰ ਆ, ਅਤੇ ਇਹ ਹੈਗਾ ਜੀ 1998 ਮਾਡਲ, 2,10,000 ਰੁਪਈਆ ਡਿਮਾਂਡ ਆ, 2,10,000 ਰੁਪਈਆ ਇਸ ਟਰੈਕਟਰ ਦੀ ਡਿਮਾਂਡ ਆ, ਫਿਰੋਜ਼ਪੁਰ ਦਾ ਨੰਬਰ ਆ, 585 ਨਵੇਂ ਟਾਇਰਾਂ 'ਚ ਪੰਜਾਬ ਨੰਬਰ, 2000 ਮਾਡਲ, 2,60,000 ਰੁਪਈਆ, 2,60,000 ਰੁਪਈਆ ਇਸ ਟਰੈਕਟਰ ਦੀ ਡਿਮਾਂਡ ਆ ਜੀ। ਅੱਗੇ ਇੱਕ ਹੋਰ ਖੜਾ 585 ਟਰੈਕਟਰ ਹੀ ਹੋਰ ਆ, ਇਹ ਵੀ ਬਿਲਕੁਲ ਨਵੇਂ ਟਾਇਰ, ਸਾਫ਼ ਅਤੇ ਸੋਹਣਾ ਟਰੈਕਟਰ ਆ, 2000 ਮਾਡਲ ਆ, 2,65,000 ਰੁਪਈਆ ਇਸ ਟਰੈਕਟਰ ਦੀ ਡਿਮਾਂਡ ਆ, 2,65,000 ਰੁਪਈਆ। ਅੱਗੇ ਇੱਕ ਫੋਰਡ 3600 ਹੋਰ ਖੜਾ, ਮੋਡੀਫਾਈ ਕੀਤਾ ਵਾ ਫੋਰਡ 3600, ਇਹ ਬਠਿੰਡੇ ਦਾ ਨੰਬਰ ਆ, ਬਾਕੀ ਟਰੈਕਟਰ ਦਾ ਤੁਹਾਨੂੰ ਮਾਡਲ ਦੱਸੀ 1990, ਅਤੇ 2,15,000 ਰੁਪਈਆ ਡਿਮਾਂਡ ਆ, ਪੰਜਾਬ ਨੰਬਰ, 2,15,000 ਰੁਪਈਆ, ਇੰਟਰਨੈਸ਼ਨਲ 1972 ਮਾਡਲ, 1,10,000 ਰੁਪਈਆ ਡਿਮਾਂਡ ਆ ਜੀ ਇਸ ਟਰੈਕਟਰ ਦੀ, 1,10,000 ਰੁਪਈਆ ਡਿਮਾਂਡ ਆ। DI ਇੰਜਨ ਲੱਗਾ ਵੀ ਇਸ ਨੂੰ, ਹੈ ਸੈਡ ਕੰਪਨੀ ਦੇ ਟਾਇਰ, ਇਹਦੇ 90 ਪੈਸੇ ਟਾਇਰ ਆ ਜੀ। ਅੱਗੇ ਹੁਣ ਹੋਰ ਵੀ ਟਰੈਕਟਰ ਵਿਖਾ ਦਈਏ, ਵੀਡੀਓ ਨੂੰ ਸ਼ੇਅਰ ਕਰੀ ਚਲੋ, ਬਾਕੀ ਕਮੈਂਟ ਕਰਕੇ ਦੱਸ ਦਿਓ ਕਿਹੜਾ ਕਿਹੜਾ ਟਰੈਕਟਰ ਵੇਖਣਾ, ਉਹੀ ਵਿਖਾ ਦਾਂਗੇ। ਅੱਗੇ 585 ਇੱਕ ਹੋਰ ਖੜਾ, ਇਹਦੀ 2,15,000 ਰੁਪਈਆ ਡਿਮਾਂਡ ਆ, ਬਾਕੀ ਟਰੈਕਟਰ ਦੇ ਮਗਰਲੇ ਟਾਇਰ ਹੈਗੇ ਆ ਜੀ 35-40%, ਅਗਲੇ ਟਾਇਰ ਚੰਗੇ ਆ, ਪੰਜਾਬ ਨੰਬਰ ਆ, 98 ਮਾਡਲ ਆ ਜੀ। ਅੱਗੇ ਇੱਕ ਸੋਹਣਾ 8-11 ਟਰੈਕਟਰ ਖੜਾ, ਨਾਲ ਦਾ ਰੰਗ ਪੇਂਟ ਆ, PB15 ਹਬੋਰ ਨੰਬਰ, 98 ਮਾਡਲ, 2,60,000 ਰੁਪਈਆ ਡਿਮਾਂਡ ਆ ਇਸ ਟਰੈਕਟਰ ਦੀ, 2,60,000 ਰੁਪਈਆ ਡਿਮਾਂਡ ਆ। 433 ਡਬਲ ਕਲੱਚ ਆ ਜੀ ਇਹ,
ਡਬਲ ਕਲੱਚ ਆ 2020 ਮਾਡਲ ਆ 385,000 ਰੁਪਈਆ ਡਿਮਾਂਡ ਆ, 385,000 ਰੁਪਈਆ ਇਸ ਟ੍ਰੈਕਟਰ ਦੀ ਡਿਮਾਂਡ ਆ। ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ, ਸ਼ੇਅਰ ਕਰ ਦਿਓ। ਬਾਕੀ ਅੱਗੇ ਹੈਗਾ ਜੀ ਸਵਰਾਜ 735, 735 ਟ੍ਰੈਕਟਰ ਆ ਜੀ, ਇਹ ਐਫੀ ਟ੍ਰੈਕਟਰ ਆ। ਅਤੇ ਇਹ ਟ੍ਰੈਕਟਰ ਹੈਗਾ ਜੀ, ਨੂੰ ਮਾਡਲ ਦੀ ਗੱਲ ਕਰੀਏ ਤਾਂ 1993 ਮਾਡਲ ਆ, 125,000 ਰੁਪਈਆ ਡਿਮਾਂਡ, 35,000 ਰੁਪਈਆ, 135,000 ਰੁਪਈਆ ਇਸ ਟ੍ਰੈਕਟਰ ਦੀ ਡਿਮਾਂਡ ਆ। ਅਤੇ ਹਾਂਜੀ ਭਾਈ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਅਤੇ 36 ਟ੍ਰੈਕਟਰ ਆ ਜੀ, 2000 ਮਾਡਲ ਆ, 2,65,000 ਰੁਪਈਆ, 2000 ਮਾਡਲ, 2,65,000 ਰੁਪਈਆ, PB 11 ਪੰਜਾਬ ਨੰਬਰ ਆ, ਅਗਲੇ ਟਾਇਰ ਨਵੇਂ ਆ। ਅਤੇ ਮਿਲਦੇ ਹਾਂ ਜੀ ਫਿਰ ਆਪਾਂ ਜੇ ਕਿਸੇ